ਮੈਂ ਸੁਣਿਆ ਤੁਸੀਂ ਫਿਲਮਾਂ 'ਚ ਕੰਮ ਕਰ ਰਹੇ ਹੋ। ਹਾਂ, ਅੱਜ ਗੱਲ ਹੋਈ ਸੀ, ਸ਼ਾਰਟ ਫਿਲਮ। ਅੱਛਾ, ਹੇ ਰੱਬਾ, ਲੋਕੀ ਫਿਲਮਾਂ ਕਰੀ ਜਾਂਦੇ ਐ, ਇੱਥੇ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ। ਕਿਹੜੀ ਫਿਲਮ? ਅੱਜ ਆਡੀਸ਼ਨ ਤੇ ਬੁਲਾਇਆ। ਅੱਛਾ, ਲੋਕੀ ਫਿਲਮਾਂ 'ਚ ਕੰਮ ਕਰੀ ਜਾਂਦੇ ਐ, ਇੱਥੇ ਦੱਸਣਾ ਵੀ ਠੀਕ ਨਹੀਂ ਸਮਝਿਆ। ਇੱਕ ਤਾਂ ਸਰ ਨੈਟ ਡਿਊਟੀ ਕਰਕੇ ਆ, ਉੱਤੋਂ ਤੂੰ ਕਲੇਸ਼ ਪਾਲਾ। ਫੇਰ ਕੀ ਹੋਇਆ? ਦੁਨੀਆ ਕਰਦੀ ਐ, ਤੂੰ ਅਲੱਗ ਕਰ ਰਿਹਾ। ਤੇ ਫਿਰ ਮੈਂ ਕਰ ਨਹੀਂ ਰਿਹਾ। ਮੈਨੂੰ ਪਤਾ ਕੀ ਕਰ ਰਿਹਾ। ਤੂੰ ਪਹਿਲਾਂ ਕਲੇਸ਼ ਕਰ ਲਿਆ ਕਰ, ਰੋਟੀ ਪਾਣੀ ਨਾ ਪੁੱਛ ਲਈ ਘਰ ਵਾਲੇ ਨੂੰ। ਇੱਥੇ ਸੰਗ 'ਚ ਪਾਣੀ ਨਹੀਂ ਲੰਘਦਾ, ਇਹਨੂੰ ਰੋਟੀ ਦੀ ਪਈ ਹੈ। ਉਹ ਅਜੇ ਕਿਹੜਾ ਸਿਲੈਕਸ਼ਨ ਹੋ ਗਈ? ਤੂੰ ਕੀ ਕੁੱਤ ਕਲੇਸ਼ ਪਾਇਆ? ਉਹ ਵੀ ਹੋ ਜਾਊਗੀ, ਕਲੇਸ਼ ਤਾਂ ਹੁਣ ਘਰ 'ਚ ਪਊਗਾ। ਕੰਮ ਸਵਾਹ ਹੋਣਾ, ਕੰਮ ਤੋਂ ਪਹਿਲਾਂ ਕੁੱਤ ਕਲੇਸ਼ ਪੈ ਜਾਂਦਾ। ਮਰ ਜੇ ਵਿਚੋਲਾ ਜਿਹਨੇ ਤੇਰੇ ਲੜ ਲਾਈ ਹੈ। ਤੈਨੂੰ ਕੀ ਖੂਹ 'ਚ ਧੱਕਾ ਦੇਤਾ? ਦੇ ਦੇ ਮੈਨੂੰ ਧੱਕਾ ਖੂਹ 'ਚ ਨਾ, ਦੇ ਦੇ ਧੱਕਾ। ਤੂੰ ਤਾਂ ਚਾਹੁੰਦਾ ਹੀ ਮੇਰਾ ਸਿਆਪਾ ਖਤਮ ਹੋ ਜੇ। ਯਾਰ, ਮੈਂ ਇਹ ਕਦੋਂ ਕਿਹਾ? ਨਾਲੇ ਤੈਨੂੰ ਇੱਥੇ ਕਿਸ ਗੱਲ ਦਾ ਦੁੱਖਾ? ਇੱਕ ਦੁੱਖ ਹੋਵੇ ਤਾਂ ਦੱਸਾਂ, ਸਾਰੀ ਜਵਾਨੀ ਰੋਲਤੀ ਮੇਰੀ ਉਸ ਵਿਚੋਲੇ ਨੇ। ਮਰ ਜੇ ਵਿਚੋਲਾ। ਛੱਡ ਯਾਰ, ਮੈਂ ਤਾਂ ਰੋਟੀ ਖਾਣੀ ਨਹੀਂ। ਹੁਣ ਕਿੱਥੇ ਮੇਰੇ ਹੱਥਾਂ ਦੀ ਰੋਟੀ ਸਵਾਦ ਲੱਗਣੀ ਹੈ? ਬਸ ਕਰ ਯਾਰ। ਬਸ ਤਾਂ ਮੈਂ ਹੁਣ ਫੜੂੰਗੀ ਪੇਕਿਆਂ ਦੀ। ਇੱਥੇ ਮੇਰਾ ਕੀ ਹੈ? ਸਭ ਕੁਝ ਤੇਰਾ ਹੀ ਆ। ਮੇਰਾ ਕੀ ਹੈ? ਜਿਹਨੂੰ ਮੈਂ ਆਪਣਾ ਸਮਝਿਆ ਸੀ ਉਹ ਤਾਂ ਪਰਦੇ ਰੱਖ ਰਿਹਾ। ਯਾਰ, ਮੈਂ ਕਿਹੜੇ ਪਰਦੇ ਰੱਖ ਲੇ? ਮੇਰੀ ਜਵਾਨੀ ਤਾਂ ਮਿੱਟੀ 'ਚ ਰੋਲਤੀ ਸਿਕੰਜਰ ਨੇ। ਵੇ ਜਾਲਮਾ, ਮਿੱਟੀ 'ਚ ਰੋਲਤੀ ਜਵਾਨੀ। ਇਹੋ ਜਿਹੀ ਜਨਾਨੀ ਵੀ ਨਾ ਕਿਸੇ ਨੂੰ ਨਾ ਦੇਵੇ ਰੱਬ। ਉੱਥੇ ਪਤਾ ਨਹੀਂ ਕੁਝ ਹੋਣਾ ਕਿ ਨਹੀਂ ਹੋਣਾ, ਪਰ ਇੱਥੇ ਇਹਨੇ ਪੂਰਾ ਸੀਨ ਕ੍ਰੀਏਟ ਕਰਤਾ। ਜਵਾਨੀ, ਹਾਏ ਹਾਏ, ਮੇਰਾ ਕਾਲਜਾ ਤਾਂ ਬਾਹਰ ਆ ਗਿਆ ਭੁੱਖ ਨਾਲ। ਇਸ ਕੰਜਰ ਨੇ ਤਾਂ ਖਾਣੀ ਨਹੀਂ, ਮੈਂ ਹੀ ਖਾ ਲੈਣੀ ਹੈ। ਨਾਲੇ ਕਹਿੰਦੇ ਨਾ, ਅੰਨ ਬਰਬਾਦ ਨਹੀਂ ਕਰੀਦਾ। ਹਾਏ ਹਾਏ, ਭੁੱਖਿਆ ਪੇਟ ਕਿਹੜਾ ਲੜਿਆ ਜਾਂਦਾ। ਪੇਟ ਪੂਜਾ ਤਾਂ ਹੋ ਗਈ। ਹਾਏ ਹਾਏ, ਇਹ ਇੱਥੇ ਤਾਂ ਸੀਗਾ, ਹੁਣ ਕਿੱਥੇ ਚਲਾ ਗਿਆ? ਹਾਏ ਹਾਏ, ਮੈਂ ਰੋਜ਼ ਤੈਨੂੰ ਫੋਨ ਕਰਦੀ ਹਾਂ। ਇੱਕ ਤਾਂ ਮੌਕੇ ਤੇ ਫੋਨ ਨਹੀਂ ਚੱਕ ਰਿਹਾ। ਸਾਰਾ ਦਿਨ ਤੇਰਾ ਹਗਣਾ ਨੀ ਮੁਕਦਾ, ਬਾਹਰ ਭਾਵੇਂ ਬੰਦਾ ਮਰ ਜਾਵੇ। ਕੀ ਹੋਇਆ? ਸਭ ਠੀਕ ਠਾਕ ਹੈ? ਠੀਕ ਠੂਕ ਕੁਝ ਨੀ, ਉਹ ਤੇਰਾ ਜੀਜਾ ਹੈ। ਹਾਏ ਜੀਜਾ, ਤੈਨਾਂ ਚੰਗਾ ਸੀ। ਕੀ ਹੋਇਆ ਤੇ ਕਿਵੇਂ ਹੋਇਆ? ਉਹ ਕੁਝ ਨੀ ਹੋਇਆ ਤੇਰੇ ਜੀਜੇ ਨੂੰ, ਤੇਰਾ ਜੀਜਾ ਫਿਲਮਾਂ 'ਚ ਕੰਮ ਕਰਨ ਲੱਗ ਗਿਆ। ਲੈ ਭੈਣ, ਇਹ ਤਾਂ ਬੜੀ ਖੁਸ਼ੀ ਸੀ ਵਾਲੀ ਗੱਲ, ਫਿਰ ਤਾਂ ਮੈਨੂੰ ਵੀ ਕੰਮ ਮਿਲ ਜੂਗਾ। ਬਸ ਕਰ ਵੇ, ਕਿਉਂ ਮੇਰਾ ਕਾਲਜਾ ਫੂਕਦਾ? ਮੈਂ ਤਾਂ ਲੱਗਦਾ ਤੁਸੀਂ ਸਾਰੇ ਉਹਦੇ ਨਾਲ ਰਲ ਗਏ ਨੇ। ਹਾਏ ਹਾਏ, ਹੁਣ ਮੈਂ ਕੀ ਕਰਾਂ? ਕਰਨਾ ਕੀ ਹੈ? ਜੀਜਾ ਕਿੱਥੇ ਹੈ? ਜੀਜਾ ਤਾਂ ਚਲਾ ਗਿਆ। ਅੱਛਾ, ਤੂੰ ਨਹੀਂ ਗਈ ਨਾਲ? ਤੂੰ ਕਦੇ ਨਹੀਂ ਗਈ, ਧੱਕਲੇ ਨਹੀਂ ਪੈਂਦਾ? ਹਾਏ ਹਾਏ, ਇਹ ਤਾਂ ਮੈਂ ਸੋਚਿਆ ਹੀ ਨਹੀਂ। ਚੱਲ ਠੀਕ ਹੈ, ਮੈਂ ਤੈਨੂੰ ਕਰਦੀ ਹਾਂ ਫੋਨ। ਫੋਨ ਕਰਤਾ? ਬੜੀ ਮਤਲਬ ਕੀ ਹੈ? ਹਾਏ, ਫੇਰ ਪ੍ਰੈਸ਼ਰ ਪੈ ਗਿਆ। ਕਿਹਦਾ ਫੋਨ ਆ ਗਿਆ? ਹੁਣ ਇਹਨੂੰ ਕੀ ਹੋ ਗਿਆ? ਹੈਲੋ, ਕਿੱਥੇ ਹੈ? ਹੈਲੋ, ਕਿੱਥੇ ਹੈ? ਆਡੀਸ਼ਨ ਤੇ ਚੱਲਿਆ। ਵਾਪਸ ਆ ਜਾ, ਮੈਂ ਵੀ ਨਾਲ ਜਾਊਂਗੀ। ਤੂੰ ਕੀ ਕਰੇਂਗੀ ਉੱਥੇ? ਮੈਂ ਜੋ ਮਰਜ਼ੀ ਕਰਾਂ, ਕੀ ਮੈਂ ਨਾਲ ਜਾ ਨਹੀਂ ਸਕਦੀ? ਜਾ ਸਕਦੀ ਹਾਂ, ਕਿਉਂ ਨਹੀਂ ਜਾ ਸਕਦੀ? ਫਿਰ ਵਾਪਸ ਆ ਜਾ।
ਸਾਸਰੀਕਾਲ ਸਰ। ਸਾਸਰੀਕਾਲ ਜੀ। ਹਾਂਜੀ ਦੱਸੋ। ਆਡੀਸ਼ਨ ਵਾਸਤੇ ਬੁਲਾਇਆ ਸੀ ਸਰ। ਕੀ ਨਾਮ ਹੈ? ਰਵਿੰਦਰ ਸਿੰਘ ਜੀ। ਰਵਿੰਦਰ ਸਿੰਘ, ਠੀਕ ਹੈ, ਕੋਈ ਨਹੀਂ, ਬੈਠੋ। ਇਹਦੀ ਤਿਆਰੀ ਕਰੋ, ਮੈਂ 5 ਮਿੰਟ 'ਚ ਤੁਹਾਨੂੰ ਬੁਲਾਉਂਦਾ। ਓਕੇ, ਠੀਕ ਹੈ। ਠੀਕ ਹੈ ਜੀ। ਤੁਸੀਂ ਵੀ ਆਡੀਸ਼ਨ ਦੇਣ ਆਇਓ ਜੀ? ਬੜਾ ਐਟੀਟਿਊਡ ਆ ਲੋਕਾਂ 'ਚ। ਉਹ ਮੈਨੂੰ ਛੱਡ ਦਿਓ, ਮੈਨੂੰ ਨਾ ਮਾਰੋ, ਮੇਰਾ ਕਸੂਰ ਕੀ ਹੈ? ਮੈਨੂੰ ਛੱਡ ਦਿਓ। ਹਾਏ ਹਾਏ, ਕੀ ਹੋਇਆ, ਕੌਣ ਮਾਰ ਰਿਹਾ ਤੁਹਾਨੂੰ? ਉਹ ਕੁਝ ਨਹੀਂ ਹੋਇਆ, ਡਾਇਲੋਗ ਬੋਲ ਰਿਹਾ ਸੀ। ਜਾ ਬਾਹਰ ਬਹਿ ਜਾ। ਸੌਰੀ ਸਰ। ਕੀ ਹੈ ਇਹ? ਨਿਸ਼ਾ। ਹਾਂਜੀ ਸਰ। ਅੰਦਰ ਆਓ। ਤੁਹਾਡੀ ਆਡੀਸ਼ਨ ਹੋ ਗਈ ਸੀ, ਇਹਨਾਂ ਦੀ ਹੋ ਗਈ। ਹੁਣ ਮੈਂ ਤੁਹਾਨੂੰ ਦੋਨਾਂ ਨੂੰ ਦਿੰਦਾ, ਤੁਸੀਂ ਆਪ ਦੋਨੋਂ ਜਣੇ ਰਿਹਰਸਲ ਕਰ ਲਓ, ਉਸ ਤੋਂ ਬਾਅਦ ਫਿਰ ਮੈਂ ਇਕੱਠਾ ਤੁਹਾਡੇ ਡਾਇਲੋਗ ਚੈੱਕ ਕਰਦਾ, ਠੀਕ ਹੈ? ਠੀਕ ਹੈ ਸਰ। ਮੈਂ ਆਉਣਾ। ਓਕੇ। ਇਹ ਵੀ ਬੰਦਾ ਬਾਹਰ ਆ ਗਿਆ। ਹਾਏ ਹਾਏ, ਇਹ ਵੀ ਬਾਹਰ ਆ ਗਿਆ। ਇਹ ਦੋਨੋਂ ਕੀ ਕਰੀ ਜਾਂਦੇ ਆ? ਹਾਏ ਹਾਏ, ਕੀ ਕਰੀ ਜਾਂਦੇ ਆ? ਹਾਏ ਹਾਏ, ਇੱਥੇ ਕੁਛ ਦਿਖਦਾ ਵੀ ਨਹੀਂ ਆ। ਹਾਏ 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 ਹਾਏ, ਅੰਦਰ ਜਾਵਾਂ ਕਿ ਨਾ ਜਾਵਾਂ, ਕਿਤੇ ਬੇਇੱਜ਼ਤੀ ਨਾ ਹੋ ਜੇ। ਹਾਏ ਕੀ ਕਰਾਂ, ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਹਾਏ ਕੀ ਕਰਾਂ, ਸੱਚੀ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਸੱਚੀ ਮੈਂ ਵੀ ਤੇਰੇ ਬਿਨਾਂ ਰਹਿ ਨਹੀਂ ਸਕਦਾ। ਤੇਰੇ ਲਈ ਮੈਂ ਸਭ ਨੂੰ ਛੱਡਣ ਨੂੰ ਤਿਆਰ। ਮੈਨੂੰ ਪਹਿਲਾਂ ਹੀ ਪਤਾ ਸੀ ਤੂੰ ਇਹੋ ਜਿਹਾ ਇਸ ਚਾਟੋ ਦੇ ਮਗਰ ਲੱਗਿਆ ਹੋਇਆ। ਹਾਏ ਰੱਬਾ, ਮੈਂ ਕੀ ਕਰਾਂ। ਜਾ ਸਾਂਭ ਲੈ ਆਪਦੀ ਜਨਾਨੀ ਨੂੰ, ਆ ਜਾਂਦੇ ਨੇ ਉਡੀਸ਼ਨਾ ਦੇਣ। ਹੁਣ ਇਹੋ ਜਿਹੇ ਲੋਕ ਵੀ ਫਿਲਮਾਂ ਕਰਨਗੇ। ਹਾਏ ਰੱਬਾ, ਮੈਂ ਕੀ ਕਰਾਂ, ਮੈਂ ਕਿੱਥੇ ਜਾਵਾਂ। ਉਹ ਛੱਡ ਯਾਰ। ਰਮਨ, ਦਰਵਾਜ਼ਾ ਖੋਲ। ਰਮਨ, ਰਮਨ, ਹੁਣ ਤੁਸੀਂ ਤਿਆਰ ਹੋ ਕੇ ਕਿੱਥੇ ਚੱਲੇ ਹੋ? ਤੁਸੀਂ ਫਿਲਮਾਂ 'ਚ ਕੰਮ ਕਰ ਸਕਦੇ ਹੋ। ਅਸੀਂ ਕਿਹੜਾ ਕਿਸੇ ਨਾਲੋਂ ਘੱਟ ਆ।